ਲਓ ਜੀ, ਅੰਦਰ ਤਾਂ ਮੈਂ ਝਾੜੂ ਲਾਤਾ, ਇੱਧਰ ਮੰਮੀ ਬਰਾਂਡੇ ਝਾੜੂ ਲਾਉਂਦੇ ਨੇ, ਫਿਰ ਇੱਥੇ ਮੰਜਾ ਡਾ ਕੇ ਬੈਠਣਗੇ। ਹਾਂ ਇੱਧਰ ਗੱਡੀ ਧੋ ਰਹੇ ਨੇ, ਪਹਿਲਾਂ ਕਹਿੰਦੇ ਵਿੱਚੋਂ ਗੱਡੀ ਸਾਫ਼ ਕਰਦੇ ਆ, ਉਸ ਤੋਂ ਬਾਅਦ ਬਾਹਰੋਂ ਧੋਣਗੇ। ਬਹੁਤ ਜ਼ਿਆਦਾ ਗਰਦ ਪਈ ਪਈ ਹੈ। ਹਾਂ, ਸਰੋਂ ਦੀ ਕਹਾਣੀ ਕਢਾ ਕੇ ਲੈਂਦੀ ਤੇਲ। ਅੱਛਾ, ਵਿੱਚੋਂ ਢੱਕਣ ਖੁੱਲ ਕੇ ਡੁੱਲਿਆ ਹੋਇਆ ਤਾਂ ਵਿੱਚ ਇਕੱਠਾ ਹੋਇਆ ਤਾਂ। ਆ ਦੇਖੋ ਆ ਰਹੇ ਹੋ। ਅੱਛਾ, ਵਿੱਚ ਤਾਂ ਹੀ ਅੱਜ ਉਹ ਡਿੱਗੀ ਸਾਫ਼ ਕਰੀ ਹੈ। ਬੱਲਾ 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 ਬੱਲਾ, ਇਹ ਤਾਂ ਧਰਤੀ ਉਹ ਦਿਖਾਤੀ ਗੱਡੀ ਵਿੱਚ ਦੀ। ਮੰਮਾ ਆ ਦੇਖੋ। ਚਲੋ ਫਿਰ ਜੇ ਬਾਹਰ ਗੱਡੀ ਧਵਾਉਣਾ ਤਾਂ ਊ ਵੈਸੇ ਸਫਾਈ ਕਰ ਦਿੰਦੇ ਨੇ ਵਿੱਚੋਂ, ਬਾਹਰੋਂ ਤਾਂ ਐ ਤਾਂ ਨਹੀਂ ਡੂੰਘਾਈ 'ਚ ਹੁੰਦੀ ਹਨਾ। ਚੀਟੀ ਨਾਲ ਗੱਲਾਂ ਕਰ ਰਿਹਾ ਤੂੰ ਤਾਂ। ਹਾਂ, ਲਓ ਜੀ, ਇੱਧਰ ਆਪਾਂ ਗੱਡੀ ਧੋ ਰਹੇ ਹਾਂ ਤੇ ਹੁਣ ਟੈਂਕੀ ਦਾ ਭਰ ਲਈ ਆਪਾਂ ਨੇ, ਟੂਟੀ ਆਈ ਹੋਈ ਸੀ ਉਹਦੇ ਨਾਲ। ਦੇਖੋ ਮਨੀ ਪਲਾਂਟ ਨੂੰ ਵੀ ਪਾਣੀ ਦੇ ਤਾ, ਤੇ ਆਹ ਦੇਖੋ ਜਿਵੇਂ ਆਪਾਂ ਐਂ ਮਨੀ ਪਲਾਂਟ ਨੂੰ ਵੀ ਪਾਣੀ ਦੇ ਦਿੰਦੇ ਹਾਂ, ਅਤੇ ਇੱਧਰ ਕਿੰਨਾ ਥੱਲੇ ਪਾਣੀ ਉਹ ਪਾਣੀ ਹੋ ਗਿਆ। ਇਹ ਨਾ ਜਦੋਂ ਆਪਾਂ ਗਾਰਾ ਉਤਾਰਦੇ ਹਾਂ ਪਹਿਲਾਂ ਗੱਡੀ ਨੂੰ ਗਿੱਲਾ ਕਰ ਲੈਂਦੇ ਹਾਂ, ਫਿਰ ਆਪਾਂ ਨੇ ਇਹਦੇ ਉੱਤੇ ਕੱਪੜਾ ਫੇਰ ਦੇਣਾ, ਬਿਲਕੁਲ ਸਾਫ਼ ਹੋ ਜਾਣੀ ਹੈ। ਜਦੋਂ ਸਾਡੇ ਕੋਲ ਟਾਈਮ ਹੁੰਦਾ ਜਾਂ ਟੈਂਕੀ ਆਈ ਹੁੰਦੀ ਹੈ, ਟੂਟੀ ਆਈ ਹੁੰਦੀ ਹੈ, ਫਿਰ ਐਵੇਂ ਗੱਡੀ ਧੋ ਲੈਂਦੀ ਹੈ। ਇੱਥੇ ਕੁਛ ਖੇਤਾਂ ਕਰਕੇ ਗਰਦ ਬਹੁਤ ਜ਼ਿਆਦਾ ਪੈਂਦੀ ਹੈ, ਮਿੱਟੀ ਬਹੁਤ ਲੱਗ ਜਾਂਦੀ ਹੈ। ਮੋਟਰਸਾਈਕਲ ਵੀ ਧੋਣਾ ਹੋਊਗਾ ਫਿਰ। ਹਾਂ, ਆਹੋ ਜਦੋਂ ਹੁਣ ਲੱਗੇ ਗਏ ਸਾਰਾ ਕੁਛ ਨਿਬੇੜੋ। ਨਾਲੇ ਐਨ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਫਿਰ ਐਂ ਧੋਤੇ ਤੋਂ। ਲਓ ਜੀ, ਅੱਜ ਆਪਾਂ ਵਿਹੜੇ ਦੀ ਸਫਾਈ ਕਰੀ ਹੈ। ਵਿਹੜਾ ਜਿਹੜਾ ਬਿਲਕੁਲ ਰੋਡ ਵਰਗਾ ਕੱਢਤਾ, ਅਤੇ ਜਦੋਂ ਹਵਾ ਜੀ ਆਉਂਦੀ ਨਾ ਮਾੜੀ ਜੀ, ਉਸ ਟਾਈਮ ਪੱਤੇ ਝੜ ਕੇ ਸਾਰੇ ਵਿਹੜੇ 'ਚ ਫੈਲ ਜਾਂਦੇ ਨੇ, ਤਾਂ ਕਰਕੇ ਆਪਾਂ ਨੇ ਨਾਲੇ ਪੱਤੇ ਇਕੱਠੇ ਕਰਤੇ, ਨਾਲੇ ਜਿਹੜੀ ਮਿੱਟੀ ਹੈ ਇਹ ਇਕੱਠੀ ਕਰਤੀ। ਜਿਵੇਂ ਜਗ੍ਹਾ ਜਗ੍ਹਾ ਢੇਰੀਆਂ ਲਾ ਕੇ ਚੱਕਤੀਆਂ, ਜਿਹੜੇ ਦਰੱਖਤਾਂ ਥੱਲੇ ਤਾਂ 6-7 ਢੇਰੀਆਂ ਲੱਗ ਗਈਆਂ ਸੀ, ਉਹ ਥੈਲੇ 'ਚ ਪਾ ਕੇ ਚੱਕਤੀਆਂ। ਅੱਜ ਆਪਣੇ ਵਿਹੜਾ ਬਿਲਕੁਲ ਸਾਫ਼ ਕਰ ਦੇਣਾ, ਕੱਲ੍ਹ ਨੂੰ ਫਿਰ ਦੇਖਿਆ ਐਵੇਂ ਪੱਤੇ ਝੜ ਜਾਣੇ ਨੇ, ਫਿਰ ਅਸੀਂ ਦਿਨ 'ਚ ਇੱਥੇ ਮੰਜਾ ਡਾਹ ਕੇ ਬੈਠ ਜਾਂਦੇ ਹੁੰਦੇ ਹਾਂ। ਜਿਹੜਾ ਨਾ ਰੜਕਾ ਬਹੁਤ ਭਾਰੀ ਹੈ ਇਹਦੇ ਨਾਲ ਨਾ, ਇਹ ਬਹੁਤ ਟਾਈਮ ਲੱਗਦਾ ਖੱਡਾਂ 'ਚੋਂ ਮਿੱਟੀ ਕੱਢਣ ਨੂੰ। ਫਿਰ ਵੀ ਚਲੋ ਜੇ ਟਾਈਮ ਵੱਧ ਤੋਂ ਵੱਧ ਆਪਾਂ ਨੂੰ 1 ਘੰਟਾ ਲੱਗਦਾ ਹੈ ਵਿਹੜਾ ਸਾਫ਼ ਕਰਨ ਨੂੰ। ਲਓ ਜੀ, ਇੱਧਰ ਆਪਾਂ ਨੇ ਚਣਿਆਂ ਦੀ ਸਬਜ਼ੀ ਬਣਾਈ ਸੀ ਮੈਂ, ਪੁਸ਼ਪਿੰਦਰ ਜੀ ਤਾਂ ਰੋਟੀ ਖਾ ਕੇ ਚਲੇ ਗਏ, ਮੈਂ ਮੰਮੀ ਨੇ ਖਾਣੀ ਹੈ। ਫਿਰ ਰਾਜਵਿੰਦਰ ਕਹਿੰਦਾ ਮੰਮਾ ਮੈਂ ਸਬਜ਼ੀ ਨਾਲ ਨਹੀਂ ਰੋਟੀ ਖਾਣੀ, ਅਤੇ ਮੇਰੇ ਲਈ ਬ੍ਰੈਡ ਬਣਾ ਦਿਉ ਸੈਂਡਵਿਚ ਲਾ ਕੇ, ਅਤੇ ਮੈਂ ਹੁਣ ਇਹ ਬਰਾਊਨ ਬ੍ਰੈਡ ਨੇ ਜਿਹੜੇ ਵਿੱਚ ਆਲੂ ਲਾ ਕੇ ਬਣਾਉਂਗੀ, ਇਹਦੇ ਵਾਸਤੇ ਮੈਂ ਆਲੂ ਉਬਾਲ ਕੇ, ਦੇਖੋ ਥੋੜ੍ਹਾ ਜਿਹਾ ਨਮਕ ਮਿਰਚ ਪਾਇਆ ਵਿੱਚ, ਹੁਣ ਆਲੂਆਂ 'ਚ ਲਾ ਕੇ ਆਪਾਂ ਇਹਨਾਂ ਨੂੰ ਸੇਕਦੇ ਹਾਂ। ਲਓ ਜੀ, ਬ੍ਰੈਡ ਮੈਂ ਇੱਧਰ ਤਵੇ 'ਤੇ ਗਰਮ ਕਰ ਲਏ, ਹੁਣ ਮੈਂ ਇਹਦੇ ਵਿੱਚ ਆਲੂ ਲਾ ਦੂੰਗੀ। ਮੈਂ ਆਦਵਿੰਦਰ ਨੂੰ ਪੁੱਛਿਆ ਸੀਗਾ ਵੀ ਆਦਵਿੰਦਰ ਸੌਸ ਵਿੱਚ ਲਾਉਣੀ ਹੈ, ਤਾਂ ਅਲੱਗ ਤੋਂ ਲਾਏ, ਕਹਿੰਦਾ ਮੰਮਾ ਅਲੱਗ ਤੋਂ ਹੀ ਲੈ ਲੂੰਗਾ, ਉਹ ਵਿੱਚ ਲਾਈ ਹੋਈ ਵੀ ਵਧੀਆ ਲੱਗ ਰਹੀ ਆ। ਆਪਾਂ ਨੇ ਸਾਰੇ ਬ੍ਰੈਡ ਨੂੰ ਆਲੂ ਲਾ ਤਾ, ਹੁਣ ਆਪਾਂ ਇਹਨੂੰ ਆਦਵਿੰਦਰ ਵਿੱਚ ਲਾਵਾ ਸੌਸ ਕੋ ਬਾਹਰ ਲੈਣੀ ਹੈ ਅਲੱਗ ਤੋਂ? ਅੱਛਾ, ਬਸ ਬੱਚਿਆਂ ਦੀ ਮਰਜ਼ੀ ਹੁੰਦੀ ਹੈ, ਪਹਿਲਾਂ ਦੇਖੋ ਤੁਹਾਨੂੰ ਦੱਸਿਆ ਵੀ ਆ ਛੋਲੇ ਦੀ ਸਬਜ਼ੀ ਬਣਵਾ ਲਈ, ਹੁਣ ਕਹਿੰਦਾ ਮੰਮਾ ਬ੍ਰੈਡ ਖਾਣੇ ਨੇ, ਫਿਰ ਮੰਮੀ ਕਹਿੰਦੇ ਚਲੋ ਪਹਿਲਾਂ ਆਦਵਿੰਦਰ ਨੂੰ ਬ੍ਰੈਡ ਦਿਓ ਵੀ ਆਪਾਂ ਫਿਰ ਬਾਅਦ 'ਚ ਪ੍ਰਸ਼ਾਦਾ ਛੱਕਦੇ ਹਾਂ। ਇੱਕ ਬ੍ਰੈਡ ਆਪਣਾ ਤਿਆਰ ਹੋ ਗਿਆ, ਹੁਣ ਮੈਂ ਇਹਨੂੰ ਕੱਟ ਲੂੰਗੀ, ਐਵੇਂ ਕਰਕੇ ਆਪਾਂ ਦੂਜਾ ਤਿਆਰ ਕਰ ਲਾਂਗੇ। ਗੈਸ ਘੱਟ ਕਰ ਦਿੰਦੇ ਹਾਂ, ਦੇਖੋ ਬਿਲਕੁਲ ਸੇਕਿਆ ਗਿਆ,
ਆਪਣਾ ਬ੍ਰੈਡ ਤਿਆਰ ਹੈ ਤੇ ਆਪਾਂ ਹੁਣ ਅਰਵਿੰਦਰ ਨੂੰ ਇੱਥੇ ਸੌਸ ਪਾ ਲੈਂਦੇ ਹਾਂ। ਸੌਸ ਨਾਲ ਦੇ ਕੇ ਆਉਂਦੇ ਹਾਂ। ਸਾਡੇ ਰਾਜਪੁਰੇ ਸ਼ਹਿਰ ਦਾ ਮੇਲਾ ਲੱਗਿਆ ਹੋਇਆ, ਦੇਖੋ ਕਿੰਨਾ ਵਧੀਆ। ਤੇ ਝੂਲੇ ਦਿਖਾਉਂਦੇ ਆ ਤੁਹਾਨੂੰ ਨੇੜੇ ਤੋਂ। ਜਦੋਂ ਨਾ ਅਸੀਂ ਆਪਣਾ ਵੀਡੀਓ ਬਣਾ ਰਹੇ ਸੀਗੇ ਦੁਕਾਨ 'ਚ, ਤਾਂ ਆਪਣੇ ਗਰਮੀ ਵਾਲੇ ਸੂਟ ਆ ਗਏ। ਫਿਰ ਮੈਂ ਤਾਂ ਇਹ ਸੂਟ ਲੈਣਾ ਨਹੀਂ ਸੀ ਚਾਹੁੰਦੀ, ਕਿਉਂਕਿ ਉਹਨਾਂ ਨੇ ਆਪ ਹੀ ਵਸਤਕੇ ਨਾਲ ਦੇ ਤਾ, ਕਹਿੰਦੇ ਤਾਂ ਮੈਂ ਤੈਨੂੰ ਸਰਪ੍ਰਾਈਜ਼ ਗਿਫਟ ਦਿੱਤਾ ਵੀ ਇੱਕ ਫਰੈਂਡ ਦਾ ਦਿੱਤਾ ਹੋਇਆ ਗਿਫਟ ਮੋੜਨਾ ਨਹੀਂ ਹੈਗਾ। ਮੈਂ ਫਰੈਂਡ ਦਾ ਗਿਫਟ ਸਮਝ ਕੇ ਇਹ ਰੱਖਿਆ, ਅਤੇ ਆਪਾਂ ਵੀਡੀਓ ਤਾਂ ਅੱਗੇ ਵੀ ਪਾਉਂਦੇ ਹਾਂ, ਅੱਗੇ ਤੋਂ ਪਾਉਂਦੇ ਰਹਾਂਗੇ। ਇਹਦਾ ਨਾ ਜੀ ਇਹ ਦੇਖੋ ਲੈਣ ਵਾਲਾ ਕਮੀਜ਼ ਆ, ਇਹਦੇ ਵਿੱਚ ਆ ਦੇਖੋ ਬਟਨ ਲੱਗੇ ਹੋਏ ਨੇ। ਹਾਂਜੀ ਹਾਂ, ਗਲਾ ਵੀ ਗਲਾ ਇੱਥੋਂ, ਅਤੇ ਇਹ ਪੱਲਾ ਆ ਦੇਖੋ, ਪੱਲਾ ਆ ਗਿਆ ਜਿਹੜੀ ਮਤਲਬ ਪੱਲੇ 'ਤੇ ਨਾ ਇਹ ਪੱਟੀ ਲੱਗੀ ਹੋਈ ਆ ਦੇਖੋ ਪੱਲੇ 'ਤੇ। ਬਾਹਰ ਚਿੜੀਆਂ ਬੋਲ ਰਹੀਆਂ ਨੇ, ਬਾਹਰ ਚਿੜੀਆਂ ਬੋਲ ਰਹੀਆਂ ਨੇ, ਬਹੁਤ ਪੱਟੀ ਲਾ ਸਕਦੇ ਹਾਂ, ਜਿਵੇਂ ਇੱਥੇ ਥੱਲੇ ਡਿਜ਼ਾਇਨ ਬਣਿਆ ਹੈ ਇੱਥੇ ਵੀ ਲਾ ਸਕਦੇ ਹਾਂ। ਤੇ ਮੇਰਾ ਇਹ ਜਿਹੜਾ ਦੁਪੱਟਾ ਇਹ ਮਨਪਸੰਦ ਹੈ, ਫਿਰ ਸਾਡੇ ਪਿੰਡਾਂ 'ਚ ਨਾ ਵਿਆਹ ਹੋ ਕੇ ਖੜਦੇ ਨਾ, ਫਿਰ ਉਹ ਭਾਜੀ ਦਿੰਦੇ ਨੇ,
ਅਸੀਂ ਉਹਨੂੰ ਭਾਜੀ ਕਹਿੰਦੇ ਆ, ਵੈਸੇ ਤਾਂ ਆਪਾਂ ਮਠਿਆਈ ਕਹਿੰਦੇ ਮਠਿਆਈ ਕਹਿੰਦੇ ਆ, ਮਠਿਆਈ ਤਾਂ ਮਤਲਬ ਡੱਬੇ ਚ ਮਿਲੀ ਹੈ, ਭਾਜੀ ਕੀ ਹੁੰਦੀ ਉਹਦੇ ਦੇਖੋ ਜਿਵੇਂ ਜਲੇਬੀਆਂ ਹੋ ਗਈਆਂ, ਇਹਦੇ ਵਿੱਚ ਆ ਦੇਖੋ ਲੱਡੂ ਲੱਡੂ ਮਖਾਣੇ ਹੁੰਦੇ ਨੇ, ਮੱਠੀਆਂ ਮੱਠ ਵਗੈਰਾ, ਇਹ ਇਹਨੂੰ ਭਾਜੀ ਕਹਿੰਦੇ ਨੇ ਵਿਆਹ ਦੀ। ਆ ਦੇਖੋ ਇਹਦੇ ਵਿੱਚ ਜਿਵੇਂ ਲੱਡੂ ਹੋ ਗਏ, ਜਲੇਬੀਆਂ ਹੋ ਗਈਆਂ, ਇਹ ਵਾਲੇ ਮਖਾਣੇ ਹੋ ਗਏ, ਇਹ ਵਾਲੇ ਮਖਾਣੇ ਹੋ ਗਏ, ਵਿੱਚ ਮੱਠੀਆਂ ਪਕੌੜੀਆਂ ਹੋ ਗਈਆਂ ਮਿਕਸ ਦੀਆਂ, ਇਹਨੂੰ ਭਾਜੀ ਕਹਿੰਦੇ ਨੇ। ਲਿਫਾਫੇ ਚ ਪਾ ਕੇ ਦੇ ਦਿੰਦੇ ਨੇ, ਤੇ ਹੁਣ ਮੈਂ ਚਾਹ ਲੈ ਕੇ ਆਉਂਦੀ ਹਾਂ ਤੇ ਕੌਲੀ ਦੇ ਵਿੱਚ ਇਹ ਭਾਜੀ ਪਾਉਂਦੀ ਹਾਂ, ਫਿਰ ਆਪਾਂ ਇਹ ਭਾਜੀ ਨਾਲ ਚਾਹ ਪੀਵਾਂਗੇ। ਚਾਹ